ਕਰਜ਼ੇ ਮਾਫ਼ੀ ਦੇ ਬਾਰੇ ਪ੍ਰੋਟੈਸਟ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਜਾ ਕੇ ਕਰਨਾ ਚਾਹੀਦਾ, ਜੋ ਮੈਂ ਸਮਝਦਾ। ਵਾਅਦਾ ਤਾਂ ਕੈਪਟਨ ਸਾਹਿਬ ਨੇ ਕੀਤਾ ਸੀ, ਵਾਅਦਾ ਤਾਂ ਕਾਂਗਰਸ ਨੇ ਕੀਤਾ ਸੀ, ਪਰ ਵਾਅਦਾ ਕਰਕੇ ਸੱਤਾ ਵੀ ਹਾਸਲ ਕਰ ਲਈ। ਸੱਤਾ ਹਾਸਲ ਕਰਨ ਤੋਂ ਬਾਅਦ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਤੋਂ ਮੁੱਕਰ ਗਈ ਤੇ ਬਹਾਨੇਬਾਜ਼ੀ ਕਰਕੇ ਲੋਲੀਪੋਪ ਦਿਖਾ ਕੇ ਕਿਸਾਨਾਂ ਨੂੰ, ਬਲਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਕਰਜ਼ਾ ਵੀ ਵਾਪਸ ਨਾ ਕਰ ਸਕੇ, ਕਿਸਾਨ ਡਿਫਾਲਟਰ ਹੋ ਗਏ, ਵੱਧ ਵਿਆਜ ਪੈ ਗਿਆ ਤੇ ਅੱਗੇ ਨੂੰ ਕਰਜ਼ਾ ਮਿਲਣਾ ਬੰਦ ਹੋ ਗਿਆ ਕਿਸਾਨਾਂ ਨੂੰ, ਤੇ ਕਿਸਾਨ ਤਾਂ ਕਚੂਮਰ ਨਿਕਲ ਗਿਆ ਕਿਸਾਨਾਂ ਦਾ, ਫਸਾ ਤੇ ਇਹਨਾਂ ਨੇ। ਹੁਣ ਪਹਿਲਾਂ ਕਹਿੰਦੇ ਸੀ ਅਸੀਂ ਕੁਰਕੀ ਨਹੀਂ ਕਰਾਂਗੇ ਜ਼ਮੀਨਾਂ ਦੇ, ਹੁਣ ਕੁਰਕੀ ਦੇ ਆਰਡਰ ਦੇ ਵੀ ਡਰਾਬੇ ਦੇ ਰਹੇ ਨੇ, ਡਿਫਾਲਟਰਾਂ ਦੀਆਂ ਕਦੇ ਫੋਟੋਆਂ ਲਾ ਦਿੰਦੇ ਨੇ, ਕਦੇ ਮੁਲਾਜ਼ਮਾਂ ਨੂੰ ਡਿਫਾਲਟਰਾਂ ਦੇ ਗਲ ਪਾ ਦਿੰਦੇ ਨੇ। ਯਾਨੀ ਸਰਕਾਰ ਇੱਕ ਬਹੁਤ ਨਿਚਲੇ ਪੱਧਰ ਤੇ ਕਿਸਾਨਾਂ ਨਾਲ ਮਤਲਬ ਇੱਕ ਸਾਈਡ ਤੇ ਹੋ ਕੇ ਕਨਫਰੰਟੇਸ਼ਨ ਲੈ ਰਹੀ ਆ ਔਰ ਕਿਸਾਨਾਂ ਨੂੰ ਬੁਰੀ ਤਰ੍ਹਾਂ ਪੀੜ ਰਹੀ ਆ। ਹੁਣ ਮੂੰਹ ਦਿਖਾਵੇ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਵਿਖਾਵੇ ਕਰਨੇ, ਮਤਲਬ ਉਲਟਾ ਚੋਰ ਕਤਵਾਲ ਕੋ ਡਾਂਟਣ ਵਾਲੀ ਗੱਲ ਆ ਮੈਂ ਸਮਝਦਾ। ਸੋ ਕਾਂਗਰਸ ਨੂੰ ਸੱਚੀ ਮਾਇਨੇ ਵਿੱਚ ਜੇ ਉਹ ਮਾੜੀ ਮੋਟੀ ਕਿਸਾਨਾਂ ਦੀ ਮਦਦਦਾ, ਪਹਿਲੀ ਗੱਲ ਤਾਂ ਵਾਅਦਾ ਜਿਹੜਾ ਕੀਤਾ ਵੀ ਅਸੀਂ ਆੜ੍ਹਤੀ ਦਾ ਕਰਜ਼ਾ ਮਾਫ਼ ਕਰਾਂਗੇ, ਕਮਰਸ਼ੀਅਲ ਬੈਂਕ ਦਾ ਕਰਜ਼ਾ ਮਾਫ਼ ਕਰਾਂਗੇ, ਸਰਕਾਰੀ ਬੈਂਕ ਦਾ ਕਰਜ਼ਾ ਮਾਫ਼ ਕਰਾਂਗੇ, ਉਹ ਸਾਰੇ ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਇਕੱਲੇ ਇਕੱਲੇ ਕਰਕੇ ਗਣਾਉਂਦਾ ਸੀ ਸੱਤਾ ਹਾਸਲ ਕਰਨ ਤੋਂ ਪਹਿਲਾਂ, ਉਹ ਪੂਰੇ ਕਰਨ, ਫਿਰ ਪਾਰਲੀਮੈਂਟ ਵਿੱਚ ਮੁਜ਼ਾਹਰਾ ਕਰਨ ਦਾ ਹੱਕ ਰੱਖਦੇ ਨੇ ਜੇ ਉਹ ਆਪ ਪੂਰਾ ਕਰ ਲੈਣ।